ਨਾਜ਼ਰੀਨ ਪਟਵਾੜਾ ਟਾਊਨ ਦੀ ਤਰਫੋਂ ਅਸਲਾਮ ਅਲੈਕੁਮ ਜੀ। ਅੱਜ ਤੁਸੀਂ ਕੀ ਅਸਾਂ ਦੱਸਦੇ ਹਾਂ ਜੀ ਜਿਹੜੇ ਪਲਾਸਟਿਕ ਵਾਲੇ ਪਾਇਆ ਪਿਓ ਕਿਸ ਤਰ੍ਹਾਂ ਬਣੇ। ਅਗਰ ਇਹ ਤੁਸੀਂ ਕਮਰਾ ਅਗਰ ਛੋਟਾ ਜਿਹਾ ਵੀ ਕਮਰਾ ਤੁਸੀਂ ਲਿਆ ਤੁਸੀਂ ਉਸਨੇ ਵਿੱਚ ਆਪਣੀ ਫੈਕਟਰੀ ਲਾਈ ਸਕਦੇ ਹੋ ਜੀ। ਇਸਨੇ ਵਿੱਚ ਸਾਈਜ਼ ਛੋਟੇ ਤੋਂ ਛੋਟਾ ਔਰ ਬੜਾ ਸਾਈਜ਼ ਲਈ ਪਾਈਪਾਂ ਨਜ਼ਰ ਆਏ ਪਲਾਸਟਿਕ ਵਾਲੇ ਪਾਇਆ ਪਿਓ ਤੁਸੀਂ ਬਣਾਈ ਸਕਦੇ ਹੋ। ਲੇਕਿਨ ਇਸਦੇ ਵਿੱਚ ਇਹ ਹੈ ਕਿ ਬਿਜਲੀ ਨਾ ਹੋਣਾ ਬਹੁਤ ਜ਼ਰੂਰੀ ਹੈ ਜੀ। ਅਗਰ ਤੁਸੀਂ ਇਲਾਕੇ ਬਿਜਲੀ ਹੈ ਤੁਸੀਂ ਇਹ ਕੰਮ ਕਰੀ ਸਕਦੇ। ਸਾਨੂੰ ਇਹ ਕੋਸ਼ਿਸ਼ ਰਹਿਣੀ ਹੈ ਕਿ ਤੁਸੀਂ ਕਿ ਨਾਲ ਨਾਲ ਟੱਚ ਕਰੀਏ ਜੀ ਕਿ ਅਸਾਂ ਬੇਰੁਜ਼ਗਾਰੀ ਸਿਰਫ ਹਕੂਮਤ ਤੱਕ ਨਿਓ ਦੂਰ ਨਹੀਂ ਹੋਣੀ ਹੈ। ਅਗਰ ਅਸਾਂ ਆਪਣੇ ਕੰਮ ਕਰੀਏ ਤਾਂ ਇਹ ਬੇਰੁਜ਼ਗਾਰੀ ਖਤਮ ਹੋ ਸਕਦੀ। ਇਹ ਤੁਸੀਂ ਤੱਕਿਆ ਜਿਸ ਤਰ੍ਹਾਂ ਚੱਕੀ ਹੋਣੀ ਹੈ ਆਟੇ ਨਹੀਂ ਇਸੇ ਤਰ੍ਹਾਂ ਇਸਨੇ ਵਿੱਚ ਇਹ ਜਿਹੜਾ ਪਲਾਸਟਿਕ ਜਿਹੜੀ ਚੀਜ਼ ਹੋਣੀ ਹੈ ਕੈਮੀਕਲ ਇਸਨੇ ਵਿੱਚ ਇਹ ਇਸਤੇਮਾਲ ਕੀਤਾ ਜਾਣਾ ਜੀ। ਔਰ ਫਿਰ ਇਹ ਤੱਕਣੇ ਹੋਵੇ ਕਿਉਂਕਿ ਇਤਨਾ ਬੜਾ ਇਸਨੇ ਵਿੱਚ ਸਿਲਸਿਲਾ ਨਹੀਂ ਹੈ ਕਿ ਆਦਮੀ ਇਹ ਬਹੁਤ ਬੜਾ ਸਿਲਸਿਲਾ ਹੈ ਇਤਨਾ ਬੜਾ ਨਹੀਂ ਹੋਣਾ ਹੈ। ਅਤੇ ਤੁਸੀਂ ਤੱਕੋ ਕਿ ਪਿੱਛੇ ਪੈ ਅਤੇ ਆਉਣਾ ਹੈ ਪਿਛਲੀ ਸਾਈਡ ਪਾਣੀ ਗੁਜ਼ਰੀ ਅਤੇ ਇਹ ਅੱਗੇ ਜਾਣਾ ਹੈ ਤਾਂ ਕਿ ਜਿਹੜਾ ਪਿੱਛੇ ਗਰਮ ਹੋਣਾ ਹੈ ਪੈਪ ਆਪਸ ਵਿੱਚ ਜੁੜੇ ਨਾ ਫਿਰ ਇਹ ਇਸਨੇ ਵਿੱਚ ਗੁਜ਼ਰੀ ਅਤੇ ਉਹ ਤੱਕਣੇ ਹੋ ਸਕੇ ਇੱਥੇ ਤੋਂ ਮੈਂ ਦੱਸਦੇ ਹਾਂ ਕਿ ਪੈਪ ਕਿਸ ਤਰ੍ਹਾਂ ਚੱਲਣਾ ਹੈ। ਪਾਣੀ ਵਿੱਚ ਗੁਜ਼ਰਨਾ ਹੈ ਪਿਆ ਜੀ ਇਸ ਬਾਰੇ ਕਿ ਇਹ ਠੰਡਾ ਹੋ ਜਾਣਾ ਹੈ ਅੱਗੇ ਜਾਈ ਤਾਂ ਫਿਰ ਇਸਨੇ ਇੱਕ ਹੋਰ ਛੋਟਾ ਜਿਹਾ ਮਰਾਇਲ ਹੈ ਇਤਨਾ ਬੜਾ ਕੋਈ ਮਰਲਾ ਨਹੀਂ ਹੈ ਛੋਟਾ ਜਿਹਾ ਮਰਾਇਲ ਹੈ ਕਿ ਜਿਹੜਾ ਇਸਦੇ ਵਿੱਚ ਪੈਪ ਜਾਣਾ ਹੈ ਪਿਆ। ਇਹ ਜਿਹੜੀ ਮਸ਼ੀਨ ਲੱਗੀ ਹੈ ਜੀ ਤੁਸੀਂ ਤੱਕਣੇ ਹੋਵੇ ਇਹ ਇਸਨੀ ਕਿ ਸਪੀਡ ਕੀ ਕੰਟਰੋਲ ਕਰਨੀ ਕਿ ਪੈਪ ਜਿਹੜਾ ਉਹ ਸਪੀਡ ਇਤਨੀ ਸਪੀਡ ਹੈ ਕਿ ਬਈ ਇਸਨੀ ਕੁਆਲਿਟੀ ਬਰਕਰਾਰ ਰਹੇ ਜੀ। ਉਹ ਇਹ ਤੋਂ ਤੱਕਣੇ ਹੋਵੇ ਇਸਨੇ ਜੇ ਸਪੀਡ ਘੱਟ ਹੋਣ ਜ਼ਿਆਦਾ ਕਰਨ ਵਾਲੇ ਇਹ ਸਾਰੇ ਸਿਸਟਮ ਮੌਜੂਦ ਹੈ ਜੀ। ਔਰ ਫਿਰ ਇਹ ਹੀ ਪੈਪ ਅੱਗੇ ਜਾਈਦਾ ਤੁਸੀਂ ਅੱਗੇ ਦੱਸਦੇ ਹਾਂ ਜੀ। ਨਾਜ਼ਰੀਨ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ ਇਹ ਜਿਹੜਾ ਇਹ ਕਨਵੇਅਰ ਲਗਾ ਹੈ ਕਨਵੇਅਰ ਅਸੀਂ ਬਣ ਕੇ ਲਾ ਰਹੇ ਹਾਂ ਕਿ ਇਸਨੀ ਸਪੀਡ ਯਾਨੀ ਘੱਟ ਔਰ ਜ਼ਿਆਦਾ ਕਰਨ ਵਾਸਤੇ ਕਿ ਜਿਸ ਤਰ੍ਹਾਂ ਪੈਪ ਤੋਂ ਤੱਕਣੇ ਹੋਵੇ ਇਸਨੀ ਜਿਹੜੀ ਗੇਜ ਹੈ ਕਿ ਮੋਟੀ ਔਰ ਪਤਲੀ ਰੱਖਣ ਵਾਸਤੇ ਇਹ ਇਸਤੇਮਾਲ ਕੀਤਾ ਜਾਣਾ। ਤਾਂ ਤੁਸੀਂ ਦੱਸਦੇ ਹਾਂ ਕਿ ਅੱਗੇ ਇਹ ਪੈਪ ਕਿਸ ਤਰ੍ਹਾਂ ਜਾਣਾ ਔਰ ਰੋਲ ਕਿਸ ਤਰ੍ਹਾਂ ਬਣਨਾ ਹੈ। ਇਸ ਨੂੰ ਬੰਡਲ ਬਣਾਉਣ ਵਾਸਤੇ ਜੀ ਇਹ ਵੀ ਬਿਜਲੀ ਨਾਲ ਚੱਲਣਾ ਹੈ ਜੀ। ਪਿੱਛੇ ਇੱਕ ਬੈਕਗਰਾਊਂਡ 'ਚ ਰੋਲ ਤੱਕਣੇ ਹੋਵੇ ਕਿ ਇਸ ਤੋਂ ਪਹਿਲੇ ਰੋਲ ਜਿਤਨਾ ਵੀ ਇਸਨੇ ਲੰਬਾਈ ਨਾ ਰੱਖਣੀ ਸੀ ਜਿਤਨੀ ਡਿਮਾਂਡ ਹੈ ਉਤਨੀ ਲੰਬਾਈ ਰੱਖੀ ਜਿੰਨਾ ਉਹ ਰੋਲ ਕੀਤਾ ਤੁਸੀਂ ਸਾਹਮਣੇ ਰੋਲ ਹੋਣਾ ਪਿਆ। ਦੱਸਦੇ ਨੇ ਮਕਸਦ ਇਹ ਹੀ ਹੈ ਕਿ ਤੁਸੀਂ ਕਿ ਪਹਿਲੇ ਅਸੀਂ ਦੱਸੀ ਚੁੱਕੇ ਹਾਂ ਕਿ ਅਗਰ ਅਸੀਂ ਇੱਥੇ ਵੀ ਕੰਮ ਕਰੀਏ ਭੁੱਖੇ ਨਾ ਮਰੀ ਸਕਣੇ ਜੀ। ਇਹ ਵੀ ਫੈਕਟਰੀ ਹੈ ਜਿਹਦੇ ਨੂੰ ਤੱਕਣੇ ਹੋਵੇ ਇਤਨੀ ਬੜੀ ਫੈਕਟਰੀ ਨਹੀਂ ਹੈ ਕਿ ਆਮ ਇੱਕ ਕਮਰਾ ਹੈ ਤੁਸੀਂ ਉਸ ਕਮਰੇ ਵਿੱਚ ਤੁਸੀਂ ਇਸ ਚੀਜ਼ ਹੈ ਕਿ ਲਾਈਟ ਹੈ ਕੁਆਲਿਟੀ ਜਿਹੜੀ ਹੈ ਉਹ ਜਿਤਨੀ ਕੁਆਲਿਟੀ ਹੋਣੀ ਹੈ ਕਿਉਂਕਿ ਜਿਹੜਾ ਵੇਚਣੇ ਉਹ ਗੇਜ ਨੇ ਮੁਤਾਬਕ ਵੇਚਿਆ ਜਾਣਾ ਉਹ ਤੁਸੀਂ ਔਰ ਜਿਹੜਾ ਮਟੀਰੀਅਲ ਹੈ ਉਹ ਉਸਨੇ ਮੁਤਾਬਕ ਮਟੀਰੀਅਲ ਵੀ ਹੈ ਤੁਸਾਂ ਨੇ ਅਗਰ ਚੀਜ਼ ਵਿਕਣੀ ਹੈ ਵੀ ਤੁਸੀਂ ਉਸਕੀ ਰਜਿਸਟਰਡ ਕਰਾਉਣੀ ਹੋਵੇ ਔਰ ਉਸਨੇ ਤੁਸੀਂ ਆਪਣੀ ਜਿਹੜੀ ਸਟੈਂਪ ਹੈ ਉਹ ਵੀ ਲਾਉਣੀ ਹੋਵੇ ਜੀ ਫਿਰ ਤੁਹਾਨੂੰ ਤੱਕਣੇ ਹੋਵੇ ਕਿ ਪੈਪ ਉਸ ਨੂੰ ਜਿੱਦਾਂ ਤੁਸੀਂ ਇਹਨਾਂ ਦੋ ਮਸ਼ੀਨਾਂ ਲਈਆਂ ਇੱਕ ਥੋੜ੍ਹੀ ਛੋਟੀ ਹੈ ਇੱਕ ਮੋਟੀ ਹੈ ਇਹ ਮੋਟਾ ਪੈਪ ਹੋ ਸਕਦੇ ਹੋਵੇ ਅਤੇ ਇਹ ਮੋਟਾ ਪੈਪ ਚੱਲਣਾ ਹੈ ਪਿਆ ਇਹ ਵੀ ਬਣਨਾ ਹੈ ਪਿਆ ਜੀ ਕਾਲਾ ਪੈਪ ਜਿਤਨੀ ਗੇਜ ਡਿਮਾਂਡ ਹੋਣੀ ਹੈ ਉਤਨੀ ਗੇਜ ਬਣਾਈ ਗਈ ਹੈ ਔਰ ਇਹ ਵੀ ਤੁਸੀਂ ਤੱਕਣੇ ਹੋਵੇ ਕਿ ਇਹ ਵੀ ਤੁਸੀਂ ਦੇ ਸਾਹਮਣੇ ਇਹ ਪੈਪ ਗੁਜ਼ਰਨਾ ਹੈ ਪਿਆ ਇਸਨੀ ਗੇਜ ਬਣਾਉਣੇ ਵਾਸਤੇ ਤੁਸੀਂ ਤੱਕਣੇ ਹੋਵੇ ਕਿ ਮੋਟਰ ਲੱਗੀ ਹੈ ਕੋਈ ਇਤਨੀ ਹਾਈ ਪਾਵਰ ਮੋਟਰ ਨਹੀਂ ਹੈ ਮੈਨੂੰ ਖਿਆਲ ਆਉਣਾ ਕਿ ਇੱਕ ਪਾਵਰ ਦੀ ਮੋਟਰ ਸਿਰਫ ਲੱਗੀ ਹੈ ਜਿਹੜੀ ਕਿ ਇਸਦੇ ਨਾਲ ਪੱਖਾ ਵੀ ਲਗਾ ਬੜੀ ਠੰਡੀ ਹਵਾ ਮਿਲ ਰਹੀ ਹੈ ਔਰ ਇਹਨਾਂ ਤੱਕਣੇ ਹੋਵੇ ਕਿ ਇਸਨੇ ਗੁਜ਼ਰਨਾ ਹੈ ਉਮੀਦ ਰੱਖਣੀ ਹੋਵੇ ਜੀ ਕਿ ਸਾਡੇ ਦੋ ਸੰਗੀ ਜਿਹੜੇ ਇਹ ਆਖਣੇ ਹਨ ਕਿ ਇੱਥੇ ਕੰਮ ਕੋ ਨਹੀਂ ਹਨ ਅਗਰ ਕੰਮ ਅਸਾਂ ਕਰਨੇ ਵਾਲੇ ਹੋਈ ਹੈ ਕਮਰ ਬਸਤਾ ਹੋਈ ਜੀ ਹੈ ਤਾਂ ਕੰਮ ਬਹੁਤ ਸਾਰੇ ਤਾਂ ਜੇ ਅਗਰ ਅਸਾਂ ਬੈੱਡ ਪਰ ਖਾਲੀ ਸੈਣਾ ਤਾਂ ਸਵੇਲਾ ਉੱਠੀ ਤਾਂ ਖਾਲੀ ਅਸਾਂ ਮੋਬਾਇਲ ਹੀ ਕੋਲ ਰੱਖਣਾ
ਮੋਬਾਈਲਾਂ ਪਰ ਤੱਕ ਹੀ ਗਿਣੀ ਹੈ ਤਾਂ ਫਿਰ ਇਹ ਚੀਜ਼ ਜਿਹੜੀ ਹੈ ਨਾ ਉਹ ਮੁਮਕਿਨ ਨਹੀਂ ਹੋਈ ਸਕੀ। ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੱਥੇ ਅਸੀਂ ਜਾਈਏ ਤੁਸਾਂ ਵਾਸਤੇ ਅੱਛੀ ਔਰ ਬਿਹਤਰ ਚੀਜ਼ ਆਉਣੀ ਹੈ। ਉਮੀਦ ਕਰਨੀ ਆ ਵੀ ਕਿ ਤੁਸਾਂ ਇਹ ਜਿਹੜੀ ਖਾਸ ਕਰੀ ਇਹ ਸਿਸਟਮ ਹੈ ਬੜਾ ਹੀ ਹਲਕਾ ਸਿਸਟਮ ਹੈ, ਇਤਨਾ ਮਹਿੰਗਾ ਵੀ ਨਹੀਂ ਹੋਣਾ। ਪੁੱਛਿਆ ਤਾਂ ਇਹਨਾਂ ਕੋਲੋਂ ਨਹੀਂ ਹੈ, ਲੇਕਿਨ ਇਹ ਕਿ ਇਤਨਾ ਮਹਿੰਗਾ ਨਹੀਂ ਹੋਣਾ ਜੀ। ਅਤੇ ਇਹ ਬੰਡਲ ਤਿਆਰ ਹੋਈ ਗਿਆ ਜੀ, ਇਨਸ਼ਾ ਅੱਲਾਹ ਤਾਲਾ ਅੱਛੀ ਔਰ ਸੋਹਣੀ ਜਗ੍ਹਾ ਤੋਂ ਫਿਰ ਹਾਜ਼ਰ ਹੋ ਸਾਂ ਜੀ। ਅੱਲਾਹ ਸੋਹਣੇ ਨੇ ਵਾਲਾ।